किसान मोर्चा शंभू बॉर्डर तो NZ पंजाबी न्यूज़ से तुहाडा स्वागत है। मैं गुरशमशीर तुहाडा होस्ट। धरना साइट ते पिछले 4-5 घंटे तो धरना चल रहा है। इत्थे जिथे के मुजाहराकारी पहुँचे हुए ने उत्थे ही पूरे पंजाब तो वख वख जिहड़ियां जथेबंदियां ने वख वख जिहड़े जथे ने वह अपनी लंगर की सेवा लैके मुजाहराकारियां वास्ते किसानां वास्ते पहुँचे ने। असी इस मोर्चे ते खड़े हाँ, ये संगतां वल्लों लंगर लगाया गया। आपां उन्हां नाल गलबात करदे हाँ कि कित्थों आए ने ते लंगर की जिहड़ी रसद है सारा प्रबंध किवें कीता गया। बाबा जी वाहिगुरू जी का खालसा वाहिगुरू जी फतेह। जी बाबा जी कित्थों आए हो ते सारा इंतजाम किन्ना वल्लों कीता गया? ये जी बाबा मक्खण सिंह जी कार सेवा दिल्ली वाले ते नाभा विखे अजयपाल बाबा जी उन्हें घोड़े वाले गुरद्वारा साहब कार सेवा की सेवा कर रहे हैं ते उत्थों ये सवेर का लंगर बन के तैयार हो के गुरद्वारा साहब तो पहला राजपुरे लाया सीगा ते जो पता लग्या शंभू बार्डर से भी ज़्यादा लोड़ आ फिर आप इत्थे आए। ਤਾਂ ਇਹ ਤੁਸੀਂ ਕਿਉਂ ਲੰਗਰ ਦੀ ਸੇਵਾ ਕਿਉਂ ਕਰਨੇ ਹੋ ਇੱਥੇ? ਇਹ ਤਾਂ ਕੋਈ ਧਾਰਮਿਕ ਪ੍ਰੋਗਰਾਮ ਤਾਂ ਹੈ ਨਹੀਂਗਾ? ਨਹੀਂ ਧਾਰਮਿਕ ਪ੍ਰੋਗਰਾਮ ਨਹੀਂ ਆ, ਪਰ ਇਹ ਸਾਡੇ ਕਿਸਾਨਾਂ ਲਈ, ਕਿਸਾਨਾਂ ਭਰਾਵਾਂ ਲਈ, ਮਜ਼ਦੂਰ ਭਰਾਵਾਂ ਲਈ ਜਿਹੜਾ ਸੰਘਰਸ਼ ਚੱਲ ਰਿਹਾ ਹੈਗਾ। ਗੁਰੂ ਸਾਹਿਬ ਨੇ ਲੰਗਰ ਦਾ ਸਭ ਤੋਂ ਜ਼ਿਆਦਾ ਪ੍ਰਥਾ ਵੱਡੀ ਕਹੀ ਆ ਲੰਗਰ, ਕਿਉਂਕਿ ਬੰਦਾ ਕੱਪੜੇ ਤੋਂ ਬਿਨਾਂ ਵੀ ਰਹਿ ਸਕਦਾ ਪਰ ਲੰਗਰ ਤੋਂ ਭੁੱਖਾ ਨਹੀਂ ਰਹਿ ਸਕਦਾ। ਗੁਰੂ ਸਾਹਿਬ ਦੀ ਚਲਾਈ ਹੋਈ ਉਹਨੂੰ, ਇਹਦੇ ਨਾਲ ਕੋਈ ਭੇਦਭਾਵ ਨਹੀਂ ਜਾਂ ਕੋਈ ਇਹ ਧਾਰਮਿਕ ਪ੍ਰੋਗਰਾਮ ਨਹੀਂ ਆ, ਲੰਗਰ ਦੀ ਜ਼ਰੂਰਤ ਹੁੰਦੀ ਆ ਤਾਂ ਇਸ ਮਸਲੇ ਨੂੰ ਲੈ ਕੇ ਅਸੀਂ ਇਹ ਲੰਗਰ ਲਾਇਆ। ਜੇ ਸਰਕਾਰ ਕੋਈ ਦੀ ਸਖਤੀ ਹੁੰਦੀ ਹੈ ਫਿਰ ਸਖਤੀ ਤੁਹਾਡੇ 'ਤੇ ਵੀ ਹੋਊਗੀ? ਕੋਈ ਗੱਲ ਨਹੀਂ ਜੀ, ਸਖਤੀ ਚੱਲਣ ਨੂੰ ਤਿਆਰ ਹਾਂਗੇ, ਆਪਾਂ ਨਾਲ ਹੀ ਹਾਂ ਸਾਰਿਆਂ ਦੇ ਅਤੇ, ਪਰ ਲੰਗਰ ਨਹੀਂ ਬੰਦ ਹੋਊਗਾ ਚਾਹੇ ਸਖਤੀ ਹੋਵੇ ਚਾਹੇ ਜਿਵੇਂ ਵੀ ਹੋਵੇ। ਅਤੇ ਤੁਸੀਂ ਵੋਲੰਟੀਅਰਲੀ ਆਏ ਹੋ ਜਾਂ ਜੁੜੇ ਹੋਏ ਹੋ ਜਥੇ ਨਾਲ? ਜੀ ਨਹੀਂ, ਅਸੀਂ ਆਏ ਹਾਂ ਭਾਜੀ ਨਾਲ, ਜੁੜੇ ਹੋਏ ਸੀਗੇ ਸ਼ੁਰੂ, ਮਤਲਬ ਇਹਨਾਂ ਨਾਲ ਅਸੀਂ ਆਏ ਹਾਂ ਸੇਵਾ ਕਰਨ ਵਾਸਤੇ। ਆਪਾਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਉੱਧਰ ਵੀ ਬਾਬਾ ਜੀ ਖੜ੍ਹੇ ਨੇ, ਆਪਾਂ ਉਹਨਾਂ ਬਾਬਾ ਜੀ ਨਾਲ ਗੱਲ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਫਤਿਹ ਜੀ। ਬਾਬਾ ਜੀ ਇਹ ਲੰਗਰ ਕਿਉਂ ਲਾ ਰਹੇ ਹੋ ਤੁਸੀਂ? ਲੰਗਰ ਇਸ ਕਰਕੇ ਲਾ ਰਹੇ ਜੀ, ਜਿਹੜੇ ਕਿਸਾਨ ਯੂਨੀਅਨ ਵਾਲੇ ਆਪਣੇ ਲੱਗੇ ਨਾ, ਇਹਨਾਂ ਨੂੰ ਸਾਨੂੰ ਆਇਆ ਸੀ ਡਿਮਾਂਡ ਵੀ ਸਾਡੇ ਕੋਲ ਪ੍ਰਸ਼ਾਦਾ ਪਹੁੰਚਾਓ, ਅਤੇ ਅਸੀਂ ਪ੍ਰਸ਼ਾਦਾ ਪਹੁੰਚਾ ਕੇ ਲੈ ਕੇ ਆ ਰਹੇ ਹਾਂ। ਕਿੱਥੋਂ ਆਏ ਬਾਬਾ ਜੀ? ਅਸੀਂ ਨਾਭੇ ਤੋਂ ਆਏ ਜੀ, ਘੋੜੇ ਵਾਲੇ ਗੁਰਦੁਆਰੇ ਤੋਂ। ਹਾਂਜੀ, ਅਤੇ ਜਿਹੜੀ ਰਸਦ ਹੈ ਕਿੰਨੇ ਪ੍ਰੋਵਾਈਡ ਕੀਤੀ ਹੈ ਸਾਰੀ? ਇਹ ਵੈਸੇ ਸਰਪ੍ਰਸਤ ਦਿੱਲੀ ਵਾਲੇ ਨੇ, ਉਹਨਾਂ ਦੇ ਸਰਪ੍ਰਸਤ ਬਾਬਾ ਮੱਖਣ ਸਿੰਘ ਜੀ, ਬਾਬਾ ਜਸਪਾਲ ਸਿੰਘ ਸੇਵਾਦਾਰ। ਠੀਕ ਹੈ, ਜੇ ਧਰਨਾ ਲੰਬਾ ਚੱਲਦਾ ਚਲਾਈ ਚੱਲੋਗੇ ਨਾ? ਵਾਹਿਗੁਰੂ ਦੀ ਕਿਰਪਾ ਹੋਣੀ ਚਾਹੀਦੀ ਜੀ। ਤੋ ਇਸ ਤਰ੍ਹਾਂ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਲੰਗਰ ਦੇ ਲੰਗਰ ਦਾ ਜਿਹੜਾ ਬਾਬੇ ਨਾਨਕ ਦਾ 20 ਰੁਪਏ ਵਾਲਾ ਲੰਗਰ ਹੈ ਅੱਜ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਰੋਸ ਮੁਜ਼ਾਹਰਾ ਕਿਸਾਨਾਂ ਦਾ ਮੋਦੀ ਸਰਕਾਰ ਦੇ ਖਿਲਾਫ ਹੈਗਾ, ਉਹਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ। ਉਹ ਹੋਰ ਵੀ ਸਟਾਲਸ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਲੰਗਰ ਵਾਸਤੇ, ਹੋਰ ਵੀ ਜਿਹੜੇ ਤੁਸੀਂ ਨਾਲ ਦੇਖ ਸਕਦੇ ਹੋ, ਹੋਰ ਟਰਾਲੀਆਂ ਦੇ ਵਿੱਚ ਰਸਦ ਪਾ ਕੇ ਜਿਹੜੀ ਆ ਉਹ ਕਿਸਾਨਾਂ ਦੇ ਲਈ ਲੰਗਰ ਪਾਣੀ ਦਾ ਜਿਹੜਾ ਪ੍ਰਬੰਧ ਆ ਉਹ ਇਸ ਧਰਨਾ ਸਾਈਟ ਦੇ ਉੱਤੇ ਕੀਤਾ ਗਿਆ। ਧੰਨਵਾਦ।